ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਅਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਸਤਪਾਲ ਸਿੰਘ ਟਰੇਸੀ, ਜੱਸੀ ਗਿੱਲ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ, ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਨਾਲ ਹੀ ਜੀ ਐਨ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿਮਾ ਸਹੋਤਾ 209-277-0113 ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈ ਕੇ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-9698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਕਹਿੰਦੇ ਸਿੱਧੂ ਦੇ ਹੱਕ ਵਿੱਚ ਨਿਤਰੇ ਕੇਜਰੀਵਾਲ, ਲਾਏ ਬੀਜੇਪੀ 'ਤੇ ਤਿੱਖੇ ਨਿਸ਼ਾਨੇ। ਪੁਰਾਣੇ ਮਿੱਤਰ ਸੀਗੇ ਕਿਸੇ ਸਮੇਂ ਦੇ, ਇਹ ਗੱਲ ਵੱਖਰੀ ਆ ਕਿ ਮੁੜ ਕੇ ਕੁਰਸੀ ਤੋਂ ਥੋੜੇ ਦੂਰ ਦੂਰ ਹੋ ਗਏ ਤੇ ਸਿੱਧੂ ਤੇ ਬੀਤੇ ਦੇ ਵਿੱਚ ਇਹਦੇ ਤੇ ਕਾਫੀ ਰਗੜੇ ਲਾਉਂਦਾ ਰਿਹਾ ਅਰਵਿੰਦ ਕੇਜਰੀਵਾਲ ਤੇ। ਪਹਿਲਾਂ ਤੇ ਪੋਲੇ ਪੋਲੇ, ਬਾਅਦ ਦੇ ਵਿੱਚ ਸਖਤੀ ਨਾਲ ਰਗੜੇ ਲਾਏ ਆ, ਪਰ ਬਾਵਜੂਦ ਇਸ ਦੇ ਅਰਵਿੰਦ ਕੇਜਰੀਵਾਲ ਨੇ ਅੱਜ ਇਹਦਾ ਸਾਥ ਦਿੱਤਾ। ਅਸਲ ਦੇ ਵਿੱਚ ਕਹਾਣੀ ਕੀ ਹੋਈ ਆ ਕਿ ਪਰਸੋਂ ਚੌਥ ਯੋਗੀ ਆਦਿੱਤਿਆਨਾਥ ਦੇ ਖਿਲਾਫ ਨਵਜੋਤ ਸਿੱਧੂ ਨੇ ਵਾਹਵਾ ਚੌਕੇ ਛੱਕੇ ਲਾਏ। ਉਸ ਤੋਂ ਬਾਅਦ ਜਿਹੜੀ ਇਹਦੀ ਬਣਾਈ ਇੱਕ ਸੰਸਥਾ ਕਹਿ ਲਓ ਜਾਂ ਇਹ ਕਹਿ ਲਓ ਕਿ ਟੋਲੀ, ਇੱਕ ਐਸੀ ਟੋਲੀ ਆ ਜੀ ਜਿਹੜੀ ਕਈ ਕਿਸਮ ਦੀ ਹੋਲੀ ਖੇਡਦੀ ਆ। ਉਹਦੇ ਵਿੱਚ ਆ ਪਿੱਛੇ ਜੇ ਬੁਲੰਦ ਸ਼ਹਿਰ ਦੇ ਲਾਗੇ ਜੋ ਕੁਛ ਹੋਇਆ ਉਹ ਵੀ ਇੱਕ ਕਾਂਡ ਸ਼ਾਮਿਲ ਕੀਤਾ ਜਾ ਸਕਦਾ। ਉਹ ਜਿਹੜੀ ਇਹਦੀ ਟੋਲੀ ਆ ਹਿੰਦੂ ਯੁਵਾ ਵਾਹਿਨੀ ਮੋਰਚਾ, ਉਹਦੇ ਵਿੱਚੋਂ ਇੱਕ ਨੇ ਬਿਆਨ ਦਿੱਤਾ ਕਿ ਜੇ ਨਵਜੋਤ ਸਿੱਧੂ ਦਾ ਕੋਈ ਸਿਰ ਵੱਢ ਕੇ ਲਿਆਊਗਾ ਮੈਂ 1 ਕਰੋੜ ਰੁਪਈਏ ਦਾ ਨਾਮ ਦਊਂਗਾ। ਇੱਕ ਤੇ ਇਹ ਸਿਰ ਕਲਮਕਰ ਦੇ ਨਾਮ ਬੜੇ ਰੱਖਦੇ ਆ। ਪਿੱਛੇ ਜੇ ਇੱਕ ਵਾਰੀ ਘਨੱਈਆ ਦਾ ਜਦੋਂ ਰੌਲਾ ਪਿਆ, ਇਹਨਾਂ ਦੇ ਇੱਕ ਬੰਦੇ ਨੇ ਐਲਾਨ ਕਰ ਦਿੱਤਾ ਕਿ ਮੈਂ ਦਊਂਗਾ 1,00,000 ਰੁਪਈਆ ਜੇ ਕੋਈ ਉਹਦਾ ਸਿਰ ਵੱਢ ਕੇ ਲਿਆਊਗਾ। ਤੇ ਜਦੋਂ ਉਹਨੂੰ ਫੜਿਆ, ਉਹਦਾ ਬੈਂਕ ਅਕਾਊਂਟ ਖੋਲਿਆ, ਕਹਿੰਦੇ 850 ਰੁਪਈਆ ਇਹਦੇ ਕੋਲ ਚੁੱਕੇ ਗਿਆ। ਤੇ ਜਿਹੜੇ ਕਮਰੇ ਚ ਰਹਿੰਦਾ ਸੀਗਾ ਮਾਲਕ ਮਕਾਨ, ਕਹਿੰਦੇ ਪਿਛਲੇ 13 ਮਹੀਨਿਆਂ ਤੋਂ ਉਹਨੇ ਦੁੱਕੀ ਨੀ ਦਿੱਤੀ ਸਾਨੂੰ, ਸਗੋਂ ਲਿਆਓ ਸਾਡੇ ਕੋਲ ਫੜ ਕੇ ਨਹੀਂ। ਖੈਰ ਇਹੋ ਜਿਹਾ ਹਾਲ ਹੁੰਦਾ ਤਾਂ ਜਦੋਂ ਇਹ ਇਹਨਾਂ ਨੇ ਐਲਾਨ ਕਰ ਦਿੱਤਾ, ਇਹਨਾਂ ਦੇ ਇੱਕ ਖਾਸ ਬੰਦੇ ਨੇ ਜਿਹਦਾ ਨਾਮ ਸ਼ਾਇਦ ਤਰੁਣ ਸਿੰਘ ਗਿਆ, ਤਰੁਣ ਸਿੰਘ, ਤਾਂ ਉਹ ਤੋਂ ਬਾਅਦ ਫਿਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਨਵਜੋਤ ਸਿੱਧੂ ਦੇ ਹੱਕ 'ਚ ਹਾਦਾ ਨਾਰਾ ਮਾਰਿਆ। ਉਹ ਕਹਿੰਦਾ ਕਿ ਇਹ ਕੈਸਾ ਮਾਹੌਲ ਬਣਦਾ ਪਿਆ ਕਿ ਦੇਸ਼ ਦੇ ਵਿੱਚ ਸਿਰਫ ਉਹੀ ਜਿੰਦਾ ਰਹੂਗਾ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਗੁਲਾਮੀ ਕਰੂਗਾ। ਉਹਦਾ ਇਸ਼ਾਰਾ ਸਾਫ ਤੌਰ ਤੇ ਇਸ ਐਲਾਨ ਮੰਨੀ ਸੀਗਾ। ਖੈਰ ਇਹ ਤੇ ਗੱਲਾਂ ਹੋਈਆਂ ਸਿਆਸੀ, ਪਰ ਜਿਸ ਤਰੀਕੇ ਦਾ ਮਾਹੌਲ ਬਣਾਉਂਦੇ ਪਏ, ਜਿਸ ਤਰੀਕੇ ਦੀਆਂ ਗੱਲਾਂ, ਵੈਸੇ ਆਪਾਂ ਜਿਹੜੀ ਗੱਲ ਤੇ 2-3 ਦਿਨ ਪਹਿਲਾਂ ਸ਼ੱਕ ਪ੍ਰਗਟਾਇਆ ਸੀਗਾ, ਉਹ ਇਹਨਾਂ ਨੇ DGP ਨੇ ਪੂਰੀ ਤਰ੍ਹਾਂ ਕਹਿ ਦਈਏ ਪੁਖਤਾ ਵੀ ਕਰ ਦਿੱਤਾ, ਕਹਿੰਦੇ ਕਿ ਸਾਜਿਸ਼ ਕੋਈ ਹੋਰ ਲੱਗਦੀ ਆ। ਤਾਂ ਜੋ ਕੁਛ ਇਹ ਕੀਤਾ ਜਾ ਰਿਹਾ ਹਿੰਦੂ ਯੁਵਾ ਵਾਹਿਨੀ ਮੋਰਚਾ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਕਾਂਡ, ਫਿਰ ਇਸ ਤਰ੍ਹਾਂ ਐਲਾਨ ਕਰਦੇ ਨੇ, ਤੁਹਾਨੂੰ ਲੱਗਦਾ ਕਿ ਕਤਾਰਬੰਦੀ ਦੀ ਜਿਹੜੀ ਇੱਕ ਹਮੇਸ਼ਾ ਸਾਜਿਸ਼ ਸਿਆਸਤ ਦੇ ਵਿੱਚ ਚੱਲਦੀ ਰਹਿੰਦੀ ਆ, ਉਹ ਹੁਣ ਗੂੜੀ ਹੋ ਕੇ ਚੱਲੇਗੀ। ਔਰ ਨਵਜੋਤ ਸਿੱਧੂ ਲੱਗਦਾ ਕਿ ਉਹਨਾਂ ਵਾਸਤੇ ਇੱਕ ਬਹੁਤ ਚੁਨਿੰਦਾ ਟਾਰਗੇਟ ਹੈ ਜਿਹਨੂੰ ਲਗਾਤਾਰ ਸ਼ਬਦਿਕ ਹਮਲਿਆਂ ਦੇ ਨਾਲ ਪਰੇਸ਼ਾਨ ਕੀਤਾ ਜਾਊਗਾ, ਕਿਉਂਕਿ ਨਵਜੋਤ ਸਿੱਧੂ ਇੱਕ ਤਰ੍ਹਾਂ ਨਾਲ ਖਿਲਕੀ ਗਏ ਤਾਂ ਇਹਦੇ ਵਿੱਚੋਂ ਹੀ ਆ, ਇਸੇ ਸੰਗਠਨ ਦੇ ਵਿੱਚੋਂ ਵੀ, ਭਾਰਤੀ ਜਨਤਾ ਪਾਰਟੀ ਦੇ। ਪਰ ਅੱਜ ਦੀ ਘੜੀ ਦੇ ਵਿੱਚ ਇਹ ਕਾਂਗਰਸ ਲਈ ਉਹ ਇੱਕ ਨਵੀਂ ਹੋਪ ਬਣਦਾ ਜਾ ਰਿਹਾ ਕੌਮੀ ਲੀਡਰਸ਼ਿਪ ਦੇ ਵਿੱਚ। ਇਸ ਕਰਕੇ ਨਵਜੋਤ ਸਿੱਧੂ ਪ੍ਰਤੀ ਇਸ ਤਰ੍ਹਾਂ ਦੇ ਬਿਆਨ ਆਉਂਦੇ ਪਏ ਆ। ਮੇਰੇ ਖਿਆਲ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਇਸ ਤਰ੍ਹਾਂ ਖਲੋ ਕੇ ਠੀਕ ਕੀਤਾ, ਔਰ ਇਹ ਫਲਾਣੇ ਨੂੰ ਅੱਤਵਾਦੀ ਕਹਿੰਦੇ, ਧਮਕਾਣੇ ਨੂੰ ਅੱਤਵਾਦੀ ਕਹਿੰਦੇ ਆ, ਆਹ ਜਿਹੜਾ ਲਾਣਾ ਜਿਹੜਾ ਜਾ ਕੇ ਇੰਸਪੈਕਟਰਾਂ ਨੂੰ ਵੀ ਕਤਲ ਕਰ ਦਿੰਦਾ,
ਇਸ ਤਰ੍ਹਾਂ ਦੇ ਸ਼ਰੇਆਮ ਐਲਾਨ ਕਰਦਾ ਤੇ ਫਿਰ ਵੱਢ ਕੇ ਲੈ ਆਓ 1 ਕਰੋੜ ਰੁਪਈਆ ਦੇਵਾਂਗੇ। ਇਹ ਅੱਤਵਾਦੀ ਨਹੀਂ ਤੇ ਹੋਰ ਕੀ ਆ, ਇਹ ਇਹਨਾਂ ਦੇ ਕੱਚਵਾਦੀ ਆ। ਜੀ ਜੀ ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਸਿੱਖ ਕਤਲੇਆਮ ਮਾਮਲੇ ਦੇ ਵਿੱਚ ਅਹਿਮ ਗਵਾਹ ਨੇ ਝੂਠ ਫੜਨ ਵਾਲਾ ਟੈਸਟ ਦਿੱਤਾ। ਦੇਖੋ ਇਹ ਜਿਹੜਾ ਅਹਿਮ ਗਵਾਹ ਆ ਉਹ ਅਭਿਸ਼ੇਕ ਵਰਮਾ ਹੀ ਆ। ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਖਿੱਚ ਧੂਹ ਹੁੰਦੀ ਪਈ ਸੀਗੀ ਕਿ ਪੋਲੀਗ੍ਰਾਫ ਟੈਸਟ ਹੈ ਜਿਹੜਾ ਉਹ ਕਰਵਾਇਆ ਜਾਵੇ, ਕਦੋਂ ਕਰਵਾਇਆ ਜਾਵੇ। ਜਦੋਂ ਕਿਤੇ ਮੌਕਾ ਬਣਦਾ ਸੀਗਾ ਤੇ ਉਦੋਂ ਮਸ਼ੀਨਾਂ ਜਵਾਬ ਦੇ ਜਾਂਦੀਆਂ ਸੀਗੀਆਂ। ਉਹ ਕਾਫੀ ਲੰਮੇ ਸਮੇਂ ਤੱਕ ਖਿੱਚਾ ਧੂਹਾ ਚੱਲਦੀ ਰਹੀ। ਤਾਂ ਆਖਿਰ ਦੇ ਵਿੱਚ ਹੁਣ ਅਭਿਸ਼ੇਕ ਵਰਮਾ ਦਾ ਪੋਲੀਗ੍ਰਾਫ ਟੈਸਟ ਹੈ ਜਿਹੜਾ ਅੱਜ ਨੇਪਰੇ ਚੜ ਗਿਆ। ਉਹਨੇ ਥੋੜਾ ਜਿਹਾ ਬਰੀਫ ਵੀ ਕੀਤਾ ਬਾਹਰ ਆ ਕੇ, ਪੱਤਰਕਾਰਾਂ ਦੇ ਕੁਛ ਸਵਾਲਾਂ ਦਾ ਜਵਾਬ ਵੀ ਦਿੱਤੇ ਆ। ਉਹਦੇ ਵਿੱਚ ਉਹਨੇ ਕਿਹਾ ਕਿ ਮੈਨੂੰ 20 ਸਵਾਲ ਪੁੱਛੇ ਗਏ ਸੀਗੇ ਜੋ ਉਹਨੇ ਆ ਕੇ ਗੱਲ ਬਾਹਰ ਦੱਸੀ। ਕਿਉਂਕਿ ਦੇਖੋ ਜੋ ਪ੍ਰਸ਼ਨਾਵਲੀ ਹੁੰਦੀ ਆ ਜਾਂ ਜਿਹੜੇ ਉੱਤਰ ਹੁੰਦੇ ਆ ਇਹੋ ਜਿਹੇ ਟੈਸਟਾਂ ਦੇ, ਉਹ ਤੇ ਸੀਲ ਬੰਦ ਜਾਂਦੇ ਆ ਸਿੱਧੇ ਕੋਰਟ ਦੇ ਵਿੱਚ, ਕਿਉਂਕਿ ਮਾਮਲਾ ਅੰਡਰ ਟ੍ਰਾਇਲ ਆ। ਤਾਂ ਜਿਹੜੇ ਬੰਦੇ ਦਾ ਹੋਇਆ ਪੋਲੀਗ੍ਰਾਫ ਟੈਸਟ ਉਹ ਖੁਦ ਆ ਕੇ ਕਹਿ ਰਿਹਾ ਕਿ ਮੈਨੂੰ 20 ਸਵਾਲ ਕੀਤੇ ਗਏ ਆ। ਤੇ ਇਹ ਜਿਹੜੀ ਦਿੱਲੀ ਦੀ ਰੋਹਿਣੀ ਲੈਬ ਸੀਗੀ ਉੱਥੇ ਜਾ ਕੇ ਇਹਨੇ ਪੋਲੀਗ੍ਰਾਫ ਟੈਸਟ ਹੈ ਜਿਹੜਾ ਉਹ ਦਿੱਤਾ ਵਾ। ਇਹਦੇ ਵਿੱਚ ਉਹਨੇ ਕਿਹਾ ਕਿ ਮੈਨੂੰ 3 ਵਾਰ 20 ਸਵਾਲ ਪੁੱਛੇ ਗਏ, ਯਾਨੀ 3 ਵਾਰ 20 ਕੁੱਲ ਸਵਾਲ ਕੀਤੇ ਗਏ ਆ। ਔਰ ਮੈਂ ਦੱਸਿਆ ਕਿ ਜਗਦੀਸ਼ ਟੈਕਲਰ ਨੇ ਕਿਵੇਂ ਗਵਾਹਾਂ ਨੂੰ ਖਰੀਦ ਕੇ ਕੈਨੇਡਾ ਦੇ ਵਿੱਚ ਭੇਜਿਆ ਸੀਗਾ। ਤੇ ਇਹ ਅਭਿਸ਼ੇਕ ਵਰਮਾ ਜਿਹੜਾ ਉਹ ਜਗਦੀਸ਼ ਟੈਕਲਰ ਦਾ ਕਿਸੇ ਸਮੇਂ ਕਾਰੋਬਾਰੀ ਸਾਥੀ ਵੀ ਰਿਹਾ, ਉਸ ਤੋਂ ਬਾਅਦ ਦੋਵਾਂ ਦਾ ਵਖਰੇਵਾ ਹੋਇਆ। ਉਸ ਤੋਂ ਬਾਅਦ ਅਭਿਸ਼ੇਕ ਵਰਮਾ ਨੇ ਇਹਦੇ ਪੋਤੜੇ ਫੋਲਣੇ ਸ਼ੁਰੂ ਕਰ ਦਿੱਤੇ, ਫਿਰ ਗੱਲ ਪੋਲੀਗ੍ਰਾਫ ਟੈਸਟ ਤੇ ਆਈ, ਜਗਦੀਸ਼ ਟੈਕਲਰ ਭੱਜ ਗਿਆ। ਉਸ ਤੋਂ ਬਾਅਦ ਇਹਨੇ ਕਿਹਾ ਕਿ ਮੈਂ ਤਿਆਰ ਹਾਂ। ਫਿਰ ਹੁਣ ਅੰਤ ਦੇ ਵਿੱਚ ਪੋਲੀਗ੍ਰਾਫ ਟੈਸਟ ਹੋ ਗਿਆ। ਤੇ ਦੇਖਦੇ ਆ ਹੁਣ ਅੱਗੇ ਕੀ ਨਿਕਲਦਾ, ਕਿਉਂਕਿ ਇਹਨੂੰ ਅਧਿਕਾਰਿਕ ਤੌਰ ਤੇ ਤੇ ਆਪਾਂ ਅਖੀਰਲੀ ਰਿਪੋਰਟ ਨਹੀਂ ਮੰਨ ਸਕਦੇ ਜਿੱਦਾਂ ਕਿਹਾ ਜਾ ਰਿਹਾ। ਜੋ ਕੁਛ ਉੱਥੋਂ ਨਿਕਲਦਾ, ਜੋ ਲੈਬ ਦੇ ਵਿੱਚੋਂ ਨਿਕਲਦਾ, ਅਸਲ ਦੇ ਵਿੱਚ ਅਧਿਕਾਰਿਕ ਉਹੀ ਚੀਜ਼ ਨੂੰ ਮੰਨਿਆ ਜਾਊਗਾ। ਤਾਂ ਜੇ ਉਹ ਮੰਨ ਲਓ ਐਵੀਡੈਂਸ ਬਣਦਾ ਤਾਂ ਫਿਰ ਜਗਦੀਸ਼ ਟੈਕਲਰ ਲਈ ਬਹੁਤ ਸਾਰੀਆਂ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ, ਨਾ ਸਿਰਫ ਕਤਲੇਆਮ ਦੇ ਮਾਮਲੇ ਚ, ਬਾਅਦ ਚ ਜੋ ਗਵਾਹਾਂ ਦੀ ਖਰੀਦੋ ਫਰੋਖਤ ਕੀਤੀ ਆ ਉਸ ਮਾਮਲੇ ਦੇ ਵਿੱਚ ਵੀ ਉਹਦੇ ਖਿਲਾਫ਼ ਪੁਖਤਾ ਐਵੀਡੈਂਸ ਬਣ ਜਾਊਗਾ। ਜੀ 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 ਅਗਲੀ ਮਿੰਟ ਜੀ ਗੱਲ ਕਰਦੇ, ਦਿੱਲੀ ਗੁਰਦੁਆਰਾ ਕਮੇਟੀ ਭੰਗ, ਨਵੇਂ ਸਿਰਿਓਂ ਹੋਣਗੀਆਂ ਚੋਣਾਂ। ਦੇਖੋ ਇਹਨਾਂ ਨੇ ਜਿਹੜੀ ਇਹਨਾਂ ਦੀ ਹੈਗੀ ਆ ਨਾ ਕਾਰਜਕਾਰਨੀ ਜਿਹਨੂੰ ਕਹਿ ਦਿੰਦੇ ਆ, ਉਹ ਭੰਗ ਕਰ ਦਿੱਤੀ ਸਮੇਂ ਤੋਂ ਪਹਿਲਾਂ। ਕਾਰਜਕਾਰਨੀ ਆ ਜਿਹੜੀ ਉਹਦੇ 15 ਅਹੁਦੇਦਾਰਾਂ ਨੇ ਅਸਤੀਫਾ ਦੇ ਦਿੱਤਾ। ਹੁਣ ਇਹ ਤੇ ਵੱਖੋ ਵੱਖਰੇ ਕਿਆਫੇ ਲਾਏ ਜਾ ਰਹੇ ਆ ਕਿ ਆਹ ਕਾਰਨ ਹੋ ਸਕਦਾ, ਉਹ ਕਾਰਨ ਹੋ ਸਕਦਾ। ਪਰ ਮੁੱਢਲੇ ਤੌਰ ਤੇ ਜੇ ਆਪਾਂ ਵੇਖੀਏ ਕਿ ਸਿਰਸਾ ਤੇ ਜੀਕੇ ਦੇ ਦਰਮਿਆਨ ਇੱਕ ਤਸਲਬਾਜ਼ੀ ਸੀਗੀ, ਕੁਛ ਬੰਦਿਆਂ ਨੂੰ ਸਸਪੈਂਡ ਕਰਵਾਇਆ ਗਿਆ, ਛੇੜਛਾੜ ਦੇ ਦੋਸ਼ ਲੱਗੇ ਗਏ ਸੀਗੇ, ਲਾਏ ਗਏ ਸੀਗੇ। ਉਸ ਤੋਂ ਬਾਅਦ ਇੱਕ ਧਿਰ ਨੇ ਉਹਨਾਂ ਨੂੰ ਬਹਾਲ ਕਰ ਦਿੱਤਾ, ਦੂਜੀ ਧਿਰ ਨੇ ਫਿਰ ਰੌਲਾ ਪਾ ਲਿਆ। ਉਸ ਤੋਂ ਲੈ ਕੇ ਅੱਜ ਤੱਕ ਕਈ ਮਾਮਲਿਆਂ ਦੇ ਵਿੱਚ ਇਹਨਾਂ ਦੇ ਦਰਮਿਆਨ ਰੱਸਾਖੱਚੀ ਚੱਲੀ ਆ। ਤੇ ਅੰਤ ਦੇ ਵਿੱਚ ਇੱਥੋਂ ਤੱਕ ਵੀ ਹੋਇਆ ਸੀਗਾ ਕਿ ਮਨਜੀਤ ਸਿੰਘ ਜੀਕੇ ਦੇ ਅਸਤੀਫੇ ਦੇ ਬੜੇ ਚਰਚੇ ਹੋਏ, ਫਿਰ ਬਾਅਦ ਦੇ ਵਿੱਚ ਉਹਨੇ ਕਿਹਾ ਕਿ ਨਹੀਂ ਮੈਂ ਤੇ ਸਿਰਫ ਕੁਛ ਦਿਨਾਂ ਲਈ ਆਪਣਾ ਅਹੁਦਾ ਸੌਂਪ ਕੇ ਗਿਆ ਸੀਗਾ, ਅਸਤੀਫਾ ਕੁਛ ਨਹੀਂ ਦਿੱਤਾ ਮੈਂ। ਉਸ ਤੋਂ ਬਾਅਦ ਫਿਰ ਸ਼ੰਟੀ ਸਾਹਿਬ ਨਿਕਲ ਆਏ ਜਿਨ੍ਹਾਂ ਨੇ ਐਸੀ ਖਤਰੇ ਦੀ ਘੰਟੀ ਖੜਕਾਈ ਕਿ ਮਨਜੀਤ ਸਿੰਘ ਜੀਕੇ ਨੂੰ ਭਜਣਾ ਪੈ ਗਿਆ। ਉਹਨੇ ਕੋਈ ਵੀ ਹਾਲੇ ਤੱਕ ਠੋਸ ਤੱਥ ਨਹੀਂ ਪੇਸ਼ ਕੀਤਾ, ਕੋਈ ਠੋਸ ਸਫਾਈ ਪੇਸ਼ ਨਹੀਂ ਕੀਤੀ ਜਿਹੜੇ ਦੋਸ਼ ਉਹਦੇ ਤੇ ਲੱਗੇ। ਔਰ ਇਹ ਮਾਮਲਾ ਚੱਲਦਾ ਚੱਲਦਾ ਚਲੇ ਗਿਆ ਸੀਗਾ ਫਿਰ ਅਦਾਲਤ ਦੇ ਵਿੱਚ। ਅਦਾਲਤ ਚ ਭਲਕੇ ਦੀ ਸੁਣਵਾਈ ਹੋਣੀ ਆ। ਹੁਣ ਅਸਲ ਦੇ ਵਿੱਚ ਕਹਾਣੀ ਇਹ ਵੀ ਦੱਸੀ ਜਾ ਰਹੀ ਆ ਕਿ ਸੁਣਵਾਈ ਚ ਇਹ ਵੀ ਹੋ ਸਕਦਾ ਕਿ FIR ਦਾ ਹੁਕਮ ਦੇ ਦੇਵੇ ਕੋਰਟ, ਕਿਉਂਕਿ ਮਾਮਲਾ ਜਿਹੜਾ ਸੰਗੀਨ ਹੈ। ਸ਼ੰਟੀ ਕੋਲ ਖੱਬਾ ਮੂੰਹ ਤੱਥ ਪਏ ਆ, ਉਹਦੇ ਕੋਲ ਬਹੁਤ ਕੁਛ ਆ, ਉਹਨੇ ਸਾਰਾ ਕੁਛ ਜਿਹੜਾ ਕੋਰਟ ਦੇ ਵਿੱਚ ਜੇ ਸੌਂਪ ਦਿੱਤਾ ਤੇ ਫਿਰ ਮੁਸ਼ਕਲ ਖੜੀ ਹੋ ਸਕਦੀ ਹੈ। ਤੇ ਇੱਕ ਵਜ੍ਹਾ ਇਹ ਵੀ ਮੰਨੀ ਜਾ ਰਹੀ ਹੈ ਤਾਂ ਕਿ ਕਾਰਜਕਾਰਨੀ ਹੈ ਜਿਹੜੀ ਉਹ ਕਿਸੇ ਵਿਵਾਦ ਚ ਨਾ ਘਿਰ ਜਾਵੇ, ਯਾਨੀ ਕਾਨੂੰਨੀ ਪਛੜੇ ਚ ਨਾ ਫਸ ਜਾਵੇ। ਜੇ ਕੋਈ ਕਾਰਵਾਈ ਹੁੰਦੀ ਹੈ ਤਾਂ ਸਿੱਧੀ ਉਹ ਮਨਜੀਤ ਸਿੰਘ ਜੀਕੇ ਤੇ ਹੋਵੇ। ਦੂਜੀ ਚੀਜ਼, ਇਹਨਾਂ ਨੇ ਸਿਫਾਰਿਸ਼ ਵੀ ਭੇਜ ਦਿੱਤੀ ਆ ਕਿ ਆਉਣ ਵਾਲੇ 22 ਜਾਂ 28 ਦਸੰਬਰ ਨੂੰ ਚੋਣ ਜਿਹੜੀ ਆ ਦੁਬਾਰਾ ਕਰਵਾਈ ਜਾਵੇ। ਤਾਂ ਇੱਥੇ ਵੀ ਇੱਕ ਪੇਜ ਫਸਦਾ, ਕਿਉਂਕਿ ਜਿਹੜੀ ਕਾਰਜਕਾਰਨੀ ਉਹਦੀ 2 ਸਾਲ ਬਾਅਦ ਚੋਣ ਹੁੰਦੀ ਆ, ਔਰ ਜਿਹੜੀ ਇਹ ਟਰਮ ਆ ਇਹ ਮਾਰਚ ਦੇ ਅੰਤ ਦੇ ਵਿੱਚ ਜਾ ਕੇ ਇਹਨਾਂ ਦੀ ਪੁੱਗਦੀ ਆ। ਉਸ ਤੋਂ ਪਹਿਲਾਂ ਜੇ ਮੰਨ ਲਓ 22 ਜਾਂ 28 ਦਸੰਬਰ ਨੂੰ ਚੋਣ ਕਰਵਾ ਲਈ ਜਾਂਦੀ ਆ, ਲਗਭਗ 2 ਮਹੀਨੇ ਪਹਿਲਾਂ
ਮਹੀਨੇ ਪਹਿਲਾਂ ਜੇ ਚੋਣ ਕਰਵਾਈ ਜਾਂਦੀ ਆ ਤਾਂ ਫਿਰ ਇਹਦਾ ਮਤਲਬ ਹੈ ਕਿ ਉਸ ਟਰਮ ਦੇ ਮੁੱਕਣ ਤੇ ਇੱਕ ਦਫ਼ਾ ਫਿਰ ਚੋਣ ਕਰਵਾਈ ਜਾਓ, ਕਿਉਂਕਿ ਇਹ ਚੋਣ ਹੋਣੀ ਲਾਜ਼ਮੀ ਆ 2 ਸਾਲਾਂ ਬਾਅਦ। ਇਹ ਦੱਸਦੇ ਕਿ ਐਕਟ ਦੇ ਵਿੱਚ ਲਿਖਿਆ ਹੋਇਆ, ਤਾਂ ਇਹ ਵੀ ਇੱਕ ਕਾਨੂੰਨੀ ਪੇਚੀਦਗੀ ਆ। ਹੁਣ ਦੇਖੋ ਅੱਗੇ ਕੀ ਬਣਦਾ, ਪਰ ਉੱਥੇ ਕਾਫ਼ੀ ਉਤਲ ਪੁਤਲ ਹੋ ਰਹੀ ਆ, ਪਰ ਸਿੱਟਾ ਇਹਨੂੰ ਆਪਸੀ ਜਿਹੜੀ ਇਹਨਾਂ ਦੀ ਟਸਲਬਾਜ਼ੀ ਚੱਲਦੀ ਸੀ ਉਹਦਾ ਹੀ ਦੱਸਿਆ ਜਾ ਰਿਹਾ, ਜੋ ਇਹ ਸਭ ਕੁਛ ਨਿਕਲਦਾ ਪਿਆ। ਜੀ 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 ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਸਮਾਪਤੀ ਵੱਲ ਵਧਿਆ ਬਰਗਾੜੀ ਮੋਰਚਾ, ਪ੍ਰਬੰਧਕਾਂ ਦਾ ਦਾਵਾ ਸਰਕਾਰ ਕਰੇਗੀ ਮੰਗਾਂ ਪੂਰੀਆਂ। ਇਹ ਬਸ ਹੁਣੇ ਸ਼ਾਮੀ ਜੇ ਚਰਚਾ ਚੱਲਿਆ, ਤੇ ਐਸਾ ਚਰਚਾ ਚੱਲਿਆ ਲੋਕ ਹੈ ਜਿਹੜੇ ਉਹ ਤਰ੍ਹਾਂ ਤਰ੍ਹਾਂ ਦੀਆਂ ਹੁਣ ਗੱਲਾਂ ਵੀ ਕਰਨ ਲੱਗ ਪਏ ਆ, ਤੇ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਰੰਗ ਜਿਹੜਾ ਨਾਲ ਸੀ ਨਾਲ ਬਦਲ ਜਾਂਦਾ। ਜਿਹੜੇ ਲੋਕ ਕੱਲ ਤੱਕ ਸਪੋਰਟ ਕਰਦੇ ਸੀ, ਅੱਜ ਹੁਣ ਕਿਤੇ ਨਾ ਕਿਤੇ ਸਵਾਲ ਕਰਦੇ ਆ ਕਿ ਆਖਿਰ ਐਸਾ ਕੀ ਵਾਪਰ ਗਿਆ ਕਿ ਇੰਨੇ ਲੰਬੇ ਸਮੇਂ ਤੋਂ ਇਹ ਮੋਰਚਾ ਚੱਲਦਾ ਪਿਆ ਸੀ ਤੇ ਠੀਕ ਚਾਲੇ ਚੱਲਦਾ ਪਿਆ ਸੀਗਾ, ਤੇ ਅਚਾਨਕ ਇਸ ਰੁੱਖ ਦੇ ਵਿੱਚ ਇਹ ਬਦਲਾਅ ਕਿਵੇਂ ਆਇਆ। ਹੁਣ ਦੋ ਤਰ੍ਹਾਂ ਦੀਆਂ ਗੱਲਾਂ ਇੱਥੇ ਉੱਠਦੀਆਂ ਪਈਆਂ, ਇੱਕ ਤੇ ਇਹ ਆ ਕਿ ਕੋਈ ਸੈਟਲਮੈਂਟ ਹੋਈ ਆ, ਦੂਜਾ ਇਹ ਆ ਕਿ ਸਰਕਾਰ ਨੇ ਭਰੋਸਾ ਦਿੱਤਾ ਕਿ ਮੰਗਾਂ ਜਿਹੜੀਆਂ ਉਹ ਮੰਨ ਲਈਆਂ ਜਾਣਗੀਆਂ। ਵੈਸੇ ਭਰੋਸਾ ਤੇ ਸਰਕਾਰ ਜਿਹੜੀ ਉਹ ਬਾਦਲ ਦੀ ਵੀ ਦੇਈ ਜਾਂਦੀ ਸੀਗੀ, ਉਦੋਂ ਜਦੋਂ ਗੁਰਬਖਸ਼ ਸਿੰਘ ਨੇ ਲਾਇਆ ਸੀਗਾ ਮੋਰਚਾ, ਉਹ ਹੜਤਾਲ ਕੀਤੀ ਸੀ, ਉਦੋਂ ਵੀ ਇਹਨਾਂ ਨੇ ਕਿਹਾ ਸੀਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ, ਉਦੋਂ ਵੀ ਭਰੋਸਾ ਦਿੱਤਾ ਸੀਗਾ, ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਭਰੋਸਾ ਦਿੱਤਾ ਸੀਗਾ ਉਦੋਂ ਤੇ। ਉਹ ਤੋਂ ਬਾਅਦ ਕੀ ਹੋਇਆ ਸੀ ਤੁਹਾਨੂੰ ਸਭ ਨੂੰ ਪਤਾ, ਸਾਨੂੰ ਵੀ ਸਭ ਨੂੰ ਪਤਾ। ਤੇ ਦੂਜੀ ਚੀਜ਼ ਇਹ ਆ ਕਿ ਸਰਕਾਰ ਤੇ ਦਿੰਦੀ ਹੋਈ ਭਰੋਸਾ ਹਰੇਕ ਮਾਮਲੇ ਦੇ ਵਿੱਚ, ਪਰ ਜਿਹੜੀਆਂ ਇਸ ਮੋਰਚੇ ਦੀਆਂ ਮੂਲ ਮੰਗਾਂ ਸੀਗੀਆਂ ਕਿ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹ ਸਾਰੇ ਅੰਦਰ ਕੀਤੇ, ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਇਹ ਸਾਰੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਹੋ ਗਈਆਂ, ਇਹ ਵੇਖਣ ਵਾਲੀ ਗੱਲ ਆ। ਸੋ ਹੁਣ ਧਿਆਨ ਸਿੰਘ ਮੰਡਹੋਰੀ ਬੋਲਦੇ ਪਏ ਸੀਗੇ ਇੱਕ ਟੈਲੀਵਿਜ਼ਨ ਚੈਨਲ ਨੂੰ ਇੰਟਰਵਿਊ ਦੇ ਰਹੇ ਸੀ ਕਿ ਉਹ ਕਹਿੰਦੇ ਜੀ ਉਮੀਦ ਆ ਕਿ ਸਾਰੀਆਂ ਮੰਗਾਂ ਜਿਹੜੀਆਂ ਮੰਨ ਲਈਆਂ ਜਾਣਗੀਆਂ। ਤਾਂ ਜਿੱਦਾਂ ਅੱਜ ਅਖੰਡ ਪਾਠ ਉੱਤੇ ਪ੍ਰਾਰੰਭ ਕੀਤੇ ਗਏ ਆ, ਐਤਵਾਰ ਭੋਗ ਪਾਏ ਜਾਣੇ ਆ, ਦੱਸਦੇ ਆ ਕਿ ਸ਼ਾਇਦ ਇਹ ਮੰਨਿਆ ਜਾ ਰਿਹਾ ਕਿ ਉਸ ਦਿਨ ਸੰਗਤ ਦੀ ਹਾਜ਼ਰੀ ਦੇ ਵਿੱਚ ਸਰਕਾਰੀ ਨੁਮਾਇੰਦੇ ਆ ਸਕਦੇ ਆ, ਤੇ ਫਿਰ ਉਹ ਭਰੋਸਾ ਦੇ ਕੇ ਇਸ ਮੋਰਚੇ ਨੂੰ ਖਤਮ ਕਰਵਾ ਸਕਦੇ ਆ। ਇਹ ਚੀਜ਼ ਜਿਹੜੀ ਆ ਉਹ ਸਵਾਲ ਦੇ ਰੂਪ ਦੇ ਵਿੱਚ ਪਹਿਲਾਂ ਵੀ ਉੱਠਦੀ ਸੀਗੀ ਕਿ ਜਿੱਦਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਇਆ ਜਾਂ ਹੋਰ ਇੱਕ ਦੋ ਮੁਲਾਕਾਤਾਂ ਹੋਈਆਂ, ਦਾਦੂ ਵਾਲ ਤੇ ਦੋਸ਼ ਲੱਗੇ ਕਿ ਇਹਨੇ ਜਾ ਕੇ ਸੀਐਮ ਹਾਊਸ ਦੇ ਵਿੱਚ ਮੁਲਾਕਾਤ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਤਾਂ ਉਹ ਜਿਹੜੇ ਕਈ ਸਵਾਲ ਉੱਠਦੇ ਸੀਗੇ ਉਹਨਾਂ ਦੇ ਵਿੱਚੋਂ ਹੁਣ ਅਕਾਲੀ ਦਲ ਹੈ ਜਿਹੜਾ ਉਹ ਕਈ ਹੋਰ ਸਵਾਲ ਚੁੱਕਦਾ ਪਿਆ ਕਿ ਇਹਨਾਂ ਦੀ ਤਾਂ ਜਿੰਦਾ ਚਾਬੀ ਹੈ ਜਿਹੜੀ ਉਹ ਸਰਕਾਰ ਦੇ ਕੋਲ ਹੀ ਹੈ, ਦਲਜੀਤ ਸਿੰਘ ਚੀਮਾ ਹੁਣੇ ਹੀ ਕਹਿ ਰਿਹਾ ਸੀਗਾ, ਉਹਨਾਂ ਨੂੰ ਵੀ ਮੌਕਾ ਮਿਲਿਆ। ਤਾਂ ਦੇਖਦੇ ਹਾਂ ਕਿ ਹੁਣ ਜੇ ਮੰਨ ਲਓ ਇਹ ਕਿਸੇ ਮੌਕੇ ਤੇ ਆ ਕੇ ਮੋਰਚਾ ਸਮਾਪਤ ਹੁੰਦਾ ਤਾਂ ਇਹ ਰੀਜ਼ਨ ਕੀ ਦੱਸਿਆ ਜਾਂਦਾ, ਵਜ੍ਹਾ ਕੀ ਦੱਸੀ ਜਾਂਦੀ ਹੈ, ਔਰ ਜਿਹੜਾ ਭਰੋਸਾ ਹੋਊਗਾ ਉਹਦਾ ਜਾਮਨ ਕੌਣ ਹੋਊਗਾ, ਜਾਮਨ ਕੌਣ ਹੋਊਗਾ, ਮਤਲਬ ਕਿ ਸਰਕਾਰ ਭਰੋਸਾ ਦੇ ਦੂਗੀ ਉਹ ਤੇ ਹਰੇਕ ਮੋਰਚੇ ਜਾਂ ਹਰੇਕ ਸੰਘਰਸ਼ ਜਾਂ ਹਰੇਕ ਘੋਲ ਨੂੰ ਇਹੀ ਕਹਿੰਦੇ ਆ ਕਿ ਠੀਕ ਹੈ ਜੀ ਤੁਹਾਡੀਆਂ ਮੰਗਾਂ ਜਿਹੜੀਆਂ ਵਿਚਾਰੀਆਂ ਜਾਣਗੀਆਂ ਮੰਨੀਆਂ ਜਾਣਗੀਆਂ, ਪਰ ਉਹਦੀ ਜਾਮਨੀ ਕੌਣ ਲਊਗਾ ਕਿ ਹਾਂਜੀ ਜੇ ਨਾ ਮੰਨੀਆਂ ਗਈਆਂ ਤੇ ਮੈਂ ਜ਼ਿੰਮੇਵਾਰ। ਇਹ ਸਭ ਤੋਂ ਵੱਡਾ ਸਵਾਲ ਹੈ ਕਿ ਬਰਗਾੜੀ ਮੋਰਚੇ ਵਾਲੇ ਖੁਦ ਕਹਿਣਗੇ ਸੰਗਤ ਨੂੰ ਜਾਂ ਜਿਹੜਾ ਵਿੱਚ ਸਾਲਸੀ ਪਊਗਾ ਸਰਕਾਰ ਤੇ ਬਰਗਾੜੀ ਮੋਰਚੇ ਦੇ ਦਰਮਿਆਨ, ਤਾਂ ਕੀ ਉਹ ਜਾਮਨ ਹੋਊਗਾ, ਇਹ ਬਹੁਤ ਵੱਡੇ ਸਵਾਲ ਆ। ਔਰ ਜੇ ਠੋਸ ਰੂਪ ਦੇ ਵਿੱਚ ਕੋਈ ਰੀਜ਼ਨ ਨਹੀਂ ਦੱਸਿਆ ਜਾਂਦਾ, ਕੋਈ ਕਾਰਨ ਨਹੀਂ ਦੱਸਿਆ ਜਾਂਦਾ, ਕੋਈ ਜ਼ਿੰਮੇਵਾਰੀ ਨਹੀਂ ਲਈ ਜਾਂਦੀ, ਤਾਂ ਮੇਰੇ ਖਿਆਲ ਦੇ ਨਾਲ ਫਿਰ ਜਿਹੜੇ ਬਰਗਾੜੀ ਮੋਰਚੇ ਦੇ ਮੋਹਤਬਾਰ ਆ ਇਹ ਵੀ ਆਪਣਾ ਪੜਿਆ ਵਿਚਾਰ ਲੈਣ, ਕਿਉਂਕਿ ਸੰਗਤ ਦੀ ਰੰਗਤ ਜਿਹੜੀ ਆ ਉਹ ਬਹੁਤ ਜਲਦੀ ਗੂੜੀ ਹੋ ਜਾਂਦੀ, ਬਹੁਤ ਜਲਦੀ ਫਿੱਕੀ ਵੀ ਪੈ ਜਾਂਦੀ। ਜੀ 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 ਤੇ ਮਿੰਟੂ ਜੀ, ਅਗਲੀ ਜਿਹੜੀ ਆ ਖਬਰ ਤੇ ਨਜ਼ਰ ਮਾਰਦੇ, ਕਹਿੰਦੇ ਬਾਦਲ ਦੇ ਖਾਸਮ ਖਾਸ ਕੋਲਿਆਂ ਵਾਲੀ ਨੂੰ ਇੱਕ ਹੋਰ ਝਟਕਾ। ਇਹ ਕਿਹਾ ਸੀਗਾ ਮੋਹਾਲੀ ਦੀ ਅਦਾਲਤ ਦੇ ਵਿੱਚ, ਤੁਹਾਨੂੰ ਪਤਾ ਹੀ ਆ ਕਿ ਸੁਪਰੀਮ ਕੋਰਟ ਦੇ ਵਿੱਚੋਂ ਇਹਨੂੰ ਝਟਕਾ ਲੱਗ ਗਿਆ ਸੀਗਾ, ਤੇ ਜਦੋਂ ਝਟਕੇ ਲੱਗਦੇ ਝਟਕਿਆਂ ਦੀ ਰੁੱਤ ਆਉਂਦੀ ਆ, ਫਿਰ ਬੰਦੇ ਨੂੰ ਹਰੇਕ ਪਾਸਿਓਂ ਝਟਕੇ ਲੱਗਦੇ, ਚਾਹੇ ਰੇਲ ਤੇ ਚੜ ਜਾਏ, ਚਾਹੇ ਉਹ ਜੇਲ੍ਹ ਚ ਵੜ ਜਾਏ, ਚਾਹੇ ਜਹਾਜ਼ ਦੇ ਵਿੱਚ ਆ ਜਾਏ, ਜਿੱਥੇ ਮਰਜ਼ੀ ਝਟਕਾ ਲੱਗ ਹੀ ਜਾਂਦਾ ਸੀ ਉਹਨੂੰ। ਤਾਂ ਹੁਣ ਇਹ ਵੀ ਰੁੱਤ ਆ ਝਟਕਿਆਂ ਦੀ, ਕਿਉਂਕਿ ਇਹਨੇ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਆਪ ਝਟਕੇ ਦਿੱਤੇ ਹੋਏ ਆ, ਤਵਾਰੀ ਹੁਣ ਆਪ ਝਟਕੇ ਖਾਣ ਦੀ ਆ। ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਸੀ ਉਹ ਵੀ ਇੱਥੇ ਬਹੁਤ ਹਾਸੋਹੀਣੀ ਪੋਜੀਸ਼ਨ ਬਣਾ ਗਿਆ ਵਿਜੀਲੈਂਸ ਵਾਲਿਆਂ ਦੀ। ਇਹ ਪੜ੍ਹੇ ਲਿਖੇ ਉਹਨੇ ਕੋਈ ਆ, ਮੇਰੇ ਵਾਂਗੂ ਇੱਥੇ ਬਿਹਾਰ ਦੇ ਵਿੱਚ ਵੀ ਏਦਾਂ ਹੀ ਹੋਇਆ, ਉਹ ਕਿਸੇ ਦੇ ਕੋਈ ਪ੍ਰੋਪਰਟੀ ਦਾ ਕਾਗਜ਼ਾਤ ਸੀਗਾ ਤੇ ਉਹ ਮੰਨ ਕੇ ਚੱਲੇ ਕਿ ਸਾਹਮਣੇ ਆ, ਬੰਦੇ ਨੂੰ ਚੁੱਕ ਕੇ ਦੁਕਾਨ ਤੋਂ ਅੰਦਰ ਸੁੱਟ ਦਿੱਤਾ,
ਸਾਰੀ ਰਾਤ ਹਵਾਲਾ ਚ ਰੱਖਿਆ। ਜਦੋਂ ਜੱਜ ਦੇ ਪੇਸ਼ ਕੀਤਾ ਗਿਆ ਉਹਨੇ ਸੰਮਨ ਵੇਖਿਆ, ਕਹਿੰਦਾ ਤੁਹਾਡਾ ਬੇੜਾ ਬਹਿ ਜੇ, ਤੁਹਾਡਾ ਇਹਤੇ ਜਾਇਦਾਦੀ ਕੋਈ ਕਾਗਜ਼ ਘੱਲਿਆ ਸੀ ਇਹਦੇ ਵੱਲ, ਤੇ ਤੁਸੀਂ ਤੇ ਬੰਦਾ ਹੀ ਲਪੇਟ ਕੇ ਲੈ ਆਇਆ, ਕਿਉਂਕਿ ਉਹਨਾਂ ਨੂੰ ਚੱਜ ਨਾਲ ਅੰਗਰੇਜ਼ੀ ਨਹੀਂ ਸੀ ਪੜ੍ਹਦੇ ਹੁੰਦੇ। ਏਦਾਂ ਹੀ ਸ਼ਾਇਦ ਵਿਜੀਲੈਂਸ ਨਾਲ ਹੀ ਹੋਇਆ, ਇਹਨਾਂ ਨੇ ਪਹਿਲੀ ਪੰਕਤੀ ਪੜ੍ਹ ਲਈ ਕਿ ਜੀ ਇਹਦੀ ਅਰਜ਼ੀ ਆ ਜਿਹੜੀ ਬਿਲ ਐਪਲੀਕੇਸ਼ਨ ਹੈ ਜਿਹੜੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਆ, ਹੇਠਾਂ ਪੜ੍ਹਿਆ ਹੀ ਨਹੀਂ ਤੇ ਉਹਨਾਂ ਨੇ ਇਹਨੂੰ ਸਟੇ ਵੀ ਦਿੱਤੀ ਆ, ਇਹਦੀ ਅਰੈਸਟ ਹੈ ਜਿਹੜੀ ਸਟੇ ਕੀਤੀ ਗਈ ਆ। ਬਾਅਦ ਚ ਪਤਾ ਲੱਗਿਆ ਤਾਂ ਅਰੈਸਟ ਸਟੇ ਕੀਤੀ ਗਈ ਸੀ, ਨਾਲ ਸੁਪਰੀਮ ਕੋਰਟ ਨੇ ਇੱਕ ਚੀਜ਼ ਹੋਰ ਕਹੀ ਸੀਗੀ ਕਿ ਤੁਸੀਂ ਜੇ ਕੋਈ ਪੱਕੀ ਜ਼ਮਾਨਤ ਲੈਣੀ, ਜਿਵੇਂ ਆਪਾਂ ਅੰਤਰਿਮ ਜ਼ਮਾਨਤ ਕਹਿੰਦੇ ਹਾਂ, ਇੰਸਪੈਕਟਰੀ ਬੇਲ ਕਹਿੰਦੇ ਹਾਂ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਹੇਠਲੀ ਅਦਾਲਤ, ਨਹੀਂ ਤਾਂ 19 ਤਰੀਕ ਨੂੰ 9 ਵਜੇ ਤੱਕ ਤੁਸੀਂ ਸਰੈਂਡਰ ਕਰ ਦਿਓ। ਤਾਂ ਫਿਰ ਇਹ ਹੇਠਲੀ ਅਦਾਲਤ ਚ ਗਿਆ, ਹੇਠਲੀ ਅਦਾਲਤ ਨੇ ਮੋਹਾਲੀ ਕੋਰਟ ਨੇ ਵੀ ਇਹਦੀ ਬੇਲ ਐਪਲੀਕੇਸ਼ਨ ਜਿਹੜੀ ਆ ਉਹ ਰੱਦ ਕਰ ਦਿੱਤੀ ਆ। ਤਾਂ ਹੁਣ ਸਰੈਂਡਰ ਕਰਨ ਦੀ ਜਿਹੜੀ ਡੈਡਲਾਈਨ ਆ ਉਹ ਰਹਿ ਗਈ ਆ ਕੱਲ ਰਾਤ 12 ਵਜੇ ਤੋਂ ਪਹਿਲਾਂ ਪਹਿਲਾਂ। ਤਾਂ ਇਹਦਾ ਮਤਲਬ ਆ ਕਿ ਕੱਲ ਰਾਤ ਨੂੰ ਹਰ ਹਾਲ ਦੇ ਵਿੱਚ, ਜਿੱਦਾਂ ਰਾਤ 12 ਵਜੇ ਦਾ ਸਮਾਂ, ਤਾਂ ਉਹ ਤੋਂ ਪਹਿਲਾਂ ਜਾਲ ਸਿੰਘ ਕੋਲਿਆਂ ਵਾਲੀ ਨੂੰ ਸਰੈਂਡਰ ਕਰਨਾ ਪਊਗਾ, ਨਹੀਂ ਤਾਂ ਫਿਰ ਵਿਜੀਲੈਂਸ ਉਹਨੂੰ ਕਿਸੇ ਸਮੇਂ ਵੀ ਗ੍ਰਿਫਤਾਰ ਕਰ ਸਕਦੀ ਹੈ। ਸੋ ਆ ਇਸ ਕੇਸ ਦੀ ਹੁਣ ਤੱਕ ਦੀ ਜਿਹੜੀ ਕਹੀਏ ਕਿ ਆਪਰੇਸ਼ਨ ਆ, ਅੱਗੇ ਜਾ ਕੇ ਕੀ ਹੁੰਦਾ ਉਹ ਵੇਖੋ ਕੀ ਬਣਦਾ, ਪਰ ਜਾਲ ਸਿੰਘ ਕੋਲਿਆਂ ਵਾਲੇ ਚ ਦੋਸ਼ ਬਥੇਰੇ ਆ, ਬਹੁਤ ਸਾਰੇ ਉਹਦੇ ਕਿੱਸੇ ਵੀ ਆ, ਬਹੁਤ ਸਾਰੇ ਉਹਦੇ ਚਿੱਠੇ ਵੀ ਆ, ਤਾਂ ਇਹਦਾ ਅਖੀਰਲਾ ਮੁਕਾਮ ਕੀ ਹੋਏਗਾ ਇਸ ਕੇਸ ਦਾ, ਉਹ ਇੱਕ ਬਹੁਤ ਵੱਡਾ ਸਵਾਲ ਹੈ। ਕਿਉਂਕਿ ਮੰਨਿਆ ਜਾਂਦਾ ਕਿ ਦਿਆਲ ਸਿੰਘ ਕੋਲਿਆਂ ਵਾਲੀ ਕੋਲ ਰਾਜ ਵੀ ਬਹੁਤ ਆ, ਕੀ ਉਹ ਰਾਜ ਖੁੱਲਣਗੇ, ਇਹ ਬਹੁਤ ਵੱਡਾ ਸਵਾਲ ਹੈ। ਜੀ ਜੀ ਜੀ, ਅਗਲੀ ਜਿਹੜੀ ਆਪਾਂ ਮਿੰਟੋ ਜੀ ਗੱਲ ਕਰਦੇ ਹਾਂ, ਕਹਿੰਦੇ ਤੋਤਾ ਸਿੰਘ ਤੇ ਉਸਦੇ ਮੁੰਡੇ ਖਿਲਾਫ ਚਾਰਜਸ਼ੀਟ ਦਰਜ ਹੋਈ। ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਿਹਨੂੰ ਆਪਾਂ CBI ਕਹਿੰਦੇ ਹਾਂ, ਉਹਨਾਂ ਨੇ ਇਹ ਚਾਰਜਸ਼ੀਟ ਦਰਜ ਕੀਤੀ ਹੈ, ਭਾਵ ਚਲਾਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ। CBI ਦਾ ਇਹ ਚਲਾਨ ਹੈ, CBI ਦਾ ਚਲਾਨ ਨੁਕਸਾਨ ਹੀ ਨੁਕਸਾਨ ਹੈ, ਚਾਹੇ ਜਿਹਦੇ ਮਰਜ਼ੀ ਖਿਲਾਫ ਹੋ ਦਰਜ ਹੋਵੇ। ਤਾਂ ਇਹ ਤੇ ਪਿਓ ਪੁੱਤ ਹੀ ਰਗੜੇ ਗਏ ਆ, ਜਥੇਦਾਰ ਤੋਤਾ ਸਿੰਘ ਵੀ ਹੈ, ਨਾਲ ਇਹਦਾ ਮੁੰਡਾ ਜਿਹੜਾ ਉਹ ਵੀ, ਇਹ ਤੋਂ ਇਲਾਵਾ ਅਫਸਰ ਸ਼ਾਹੀ ਦੇ ਕੁਛ ਲੋਕ ਆ, ਇਹਨਾਂ ਦੇ ਵਿੱਚੋਂ 9 ਰਿਟਾਇਰ ਆ ਤੇ ਬਾਕੀ ਕੁਛ ਨੌਕਰੀ ਕਰ ਰਹੇ ਮੁਲਾਜ਼ਮ ਵੀ ਹੈ, ਜਿਹਨਾਂ ਚ 5 ਪੁਲਿਸ ਮੁਲਾਜ਼ਮ ਵੀ ਆ। ਇੱਕ ਫੂਡ ਸੇਫਟੀ ਅਫਸਰ ਹੈ, 3 ਅਫੀਸ਼ਲ ਆਫ ਕੋਆਪਰੇਟਿਵ ਸੋਸਾਇਟੀ ਤੇ 6 ਪ੍ਰਾਈਵੇਟ ਮੁਲਾਜ਼ਮ ਹੈ ਜਿਹਨਾਂ ਤੇ ਇਹ ਚਾਰਜਸ਼ੀਟ ਦਾਖਲ ਕੀਤੀ ਗਈ ਆ। ਮਸਲਾ ਕੀ ਆ, ਮਸਲਾ ਇਹ ਆ ਕਿ ਕੋਈ ਇਲੈਕਸ਼ਨ ਸੀਗਾ, ਸ਼ਾਇਦ ਡਾਇਰੈਕਟਰ ਆਫ ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ, ਇਹਦਾ ਡਾਇਰੈਕਟਰ ਦਾ ਕੋਈ ਇਲੈਕਸ਼ਨ ਸੀਗਾ ਜਿਹਦੇ ਵਾਸਤੇ ਵੋਟਿੰਗ ਹੋਣੀ ਸੀਗੀ। ਤਾਂ ਇੱਕ ਸੱਜਣ ਨੇ ਜਾ ਕੇ ਪਟੀਸ਼ਨ ਪਾਈ ਸੀਗੀ, ਸ਼ਾਇਦ ਉਹਨਾਂ ਦਾ ਨਾਮ ਕੁਲਵੀਰ ਸਿੰਘ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਇਹਨਾਂ ਤੇ ਗਲਤ ਮੁਕੱਦਮਾ ਪਾਇਆ ਗਿਆ, ਸਿਰਫ ਇਸ ਕਰਕੇ ਕਿਉਂਕਿ ਰਾਜਸੀ ਅਦਾਵਤ ਸੀ, ਰਾਜਸੀ ਰੰਜਿਸ਼ ਸੀਗੀ, ਮੈਨੂੰ ਇਲੈਕਸ਼ਨ ਤੋਂ ਬਾਹਰ ਕਰਨ ਵਾਸਤੇ ਨਾ ਸਿਰਫ ਉਲਝਾਇਆ ਗਿਆ ਬਲਕਿ ਮੈਨੂੰ ਇਸ ਕੇਸ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਚੱਲਣਾ ਪਿਆ। ਤਾਂ ਫਿਰ ਇਸ ਮਾਮਲੇ ਦੀ ਜਾਂਚ ਜਿਹੜੀ ਆ ਉਹ CBI ਨੇ ਕੀਤੀ। ਤਾਂ CBI ਨੇ ਹੁਣ ਕਾਫੀ ਸੰਗੀਨ ਧਾਰਾਵਾਂ, ਜਿੱਦਾਂ 120 ਵੀ, 171 ਹੈ ਸ਼ਾਇਦ, 192, 193, 218, 220, 340, 342, 420, ਇਸ ਤਰ੍ਹਾਂ ਦੀਆਂ ਧਾਰਾਂ ਦੇ ਤਹਿਤ ਉਹ ਚਾਰਜਸ਼ੀਟ ਜਿਹੜੀ ਆ ਫਾਈਲ ਕਰ ਦਿੱਤੀ ਆ। ਤਾਂ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਅਕਾਲੀਆਂ ਦੀਆਂ ਜਾਂ ਅਕਾਲੀ ਦਲ ਵਾਲਿਆਂ ਦੀਆਂ ਇਹ ਕਾਨੂੰਨੀ ਸੁਣਵਾਈਆਂ ਚੱਲਦੀਆਂ ਪਈਆਂ, ਕਦੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦਾ ਮਾਮਲਾ, ਬੀਬੀ ਜਗੀਰ ਕੌਰ ਬਰੀ ਹੋ ਜਾਂਦੀ ਆ, ਸੇਮ ਦੇ ਔਰ ਜਾਂ ਸ਼ਾਇਦ ਇੱਕ ਦਿਨ ਪਹਿਲਾਂ ਇਹਨਾਂ ਦੀ ਉਹ ਦੋ ਸੰਵਿਧਾਨਾਂ ਵਾਲੀ ਸੁਣਵਾਈ ਚੱਲਦੀ ਆ, ਉਸ ਤੋਂ ਬਾਅਦ ਹੁਣ ਇਹ ਆ ਗਈ। ਇਹੀ ਲੱਗਦਾ ਕਿ ਇੱਕ ਤੇ ਇਹਨਾਂ ਵਾਸਤੇ ਸ਼ਾਇਦ ਕੋਰਟ ਹੀ ਅਲੱਗ ਕਰ ਦਿੱਤੀ ਜਾਵੇ ਤੇ ਬਿਹਤਰ ਆ, ਦੂਜਾ ਇਹ ਆ ਕਿ ਜਦੋਂ ਵੀ ਕੋਈ ਨਿਊਜ਼ ਬੁਲੇਟਿਨ ਕਰੇ ਤੇ 5-6 ਮਿੰਟ ਦਾ ਕੋਈ ਇੱਕ ਸੈਗਮੈਂਟ ਹੈ ਜਿਹੜਾ ਉਹ ਇਸ ਤੋਂ ਲੇਖੀ ਰੱਖ ਦਿੱਤਾ ਜਾਵੇ, ਕਿਉਂਕਿ ਇਹਨਾਂ ਦੀਆਂ ਕਾਨੂੰਨੀ ਅੱਜ ਕੱਲ੍ਹ ਚਾਰਾਜੋਈਆਂ ਜਿਹੜੀਆਂ ਬਹੁਤ ਜ਼ਬਰਦਸਤ ਤਰੀਕੇ ਨਾਲ ਅੱਗੇ ਵੱਧਦੀਆਂ ਪਈਆਂ। ਜੀ ਜੀ ਜੀ, ਅਗਲੀ ਮਿੰਟ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਪੰਜਾਬ ਸਰਕਾਰ ਵਿੱਤੀ ਸੰਕਟ ਵਿੱਚ ਬੁਰੀ ਤਰ੍ਹਾਂ ਘਿਰੀ ਆ। ਦੇਖੋ, ਵਿੱਤੀ ਸੰਕਟ ਤੇ ਹੈ ਹੀ ਹੈ, ਕੋਈ ਨਹੀਂ ਕਹਿ ਸਕਦਾ ਕਿ ਵਿੱਤੀ ਸੰਕਟ ਨਹੀਂ ਆ, ਔਰ ਬਹੁਤ ਸਾਰੀਆਂ ਸਰਕਾਰਾਂ ਦੇ ਸਿਰ ਤੇ ਵਿੱਤੀ ਸੰਕਟ ਹੈ ਜਿਹੜਾ ਝੂਲਦਾ ਪਿਆ, ਪਰ ਸਭ ਤੋਂ ਵੱਡਾ ਸਵਾਲ ਇਹੀ ਰਹਿੰਦਾ, ਸਭ ਤੋਂ ਵੱਡੀ ਗੱਲ ਤੇ ਇਹੋ ਹੀ ਹੁੰਦੀ ਆ ਕਿ ਸਰਕਾਰ ਕੀ ਕਰਦੀ ਪਈ ਆ। ਤਾਂ ਸੁਣਨ ਦੇ ਵਿੱਚ ਇਹ ਆਇਆ ਪਿਆ ਕਿ ਸਰਕਾਰ ਜਿਹੜੀ ਆ ਉਹ ਸਰਕਾਰੀ ਸਕੂਲਾਂ, ਕਾਲਜਾਂ ਤੇ ਜਾਂ ਨਿੱਜੀ ਅਦਾਰੇ, ਇਹਨਾਂ ਦੀਆਂ ਫੀਸਾਂ ਵਧਾਉਣ ਜਾ ਰਹੀ ਹੈ, ਮਤਲਬ ਕਿ ਜੋ ਨਿੱਜੀ ਵਿਦਿਅਕ ਸੰਸਥਾਨ ਆ
ਉਹਨਾਂ ਦੀਆਂ ਵੀ ਫੀਸਾਂ ਜਾਂ ਉਹਨਾਂ ਦੇ ਜੋ ਵੀ ਇਹਨਾਂ ਦੇ ਪੱਤੇ ਵਗੈਰਾ ਹੁੰਦੇ ਆ, ਜੋ ਟੈਕਸ ਹੁੰਦੇ ਆ ਜਾਂ ਜੋ ਹੋਰ ਇਹ ਟੈਕਸ ਵਗੈਰਾ ਲੈਂਦੇ ਆ, ਉਹਨਾਂ ਸਾਰਿਆਂ ਦੇ ਵਿੱਚ ਇਹ ਵਾਅਦਾ ਕਰ। ਤੋ ਇਹ ਹੁਣ ਖਬਰ ਆਉਣ ਡਈ ਆ, ਦੇਖੋ ਕਿੱਦਾਂ ਅੱਕ ਚੱਬਦੇ ਆ। ਓਦਾਂ ਜੇ ਦੇਖੀਏ ਆਪਾਂ ਓਵਰਆਲ ਇਹਨਾਂ ਦੇ ਮਾਲੀਏ ਦੇ ਵਿੱਚ ਜੋ ਇਹਨਾਂ ਦਾ ਟਾਰਗੇਟ ਹੁੰਦਾ ਕਿ ਇੱਕ ਵਿੱਤੀ ਵਰੇ ਦੇ ਵਿੱਚ ਇੰਨਾ ਮਾਲੀਆ ਇਕੱਤਰ ਕਰਨਾ, ਉਹਦੇ ਵਿੱਚ 18% ਦੀ ਕਮੀ ਦਰਜ ਹੋਈ ਆ। ਇਸ ਤੋਂ ਇਲਾਵਾ ਪੈਟਰੋਲ ਡੀਜ਼ਲ ਉੱਤੇ ਜਿਹੜਾ ਵੈਟ ਲਾਇਆ ਜਾਂਦਾ, ਜੋ ਉਹਦੇ ਤੇ ਆਮਦਨ ਹੁੰਦੀ ਆ, ਉਹ 16-17 ਚ ਜਿਹੜੀ ਹੋਈ ਸੀਗੀ ਉਹ 5,533 ਕਰੋੜ ਰੁਪਈਏ ਸੀ, ਜਦਕਿ 17-18 ਚੋਂ ਘੱਟ ਕੇ 5,658 ਕਰੋੜ ਰਹਿ ਗਈ। ਤਾਂ ਇਹ ਵੀ ਇੱਕ ਪੰਗਾ। ਦੂਸਰਾ, ਪੰਜਾਬ ਦੇ ਵਿੱਚ GST ਦੀ ਉਗਰਾਹੀ ਆ ਜਿਹੜੀ ਉਹ 35% ਤੱਕ ਘਟੀ ਆ। ਤਾਂ ਇਹਨਾਂ ਨੇ ਟਾਰਗੇਟ ਰੱਖਿਆ ਸੀਗਾ ਕਿ ਹਰ ਮਹੀਨੇ 1700 ਕਰੋੜ ਰੁਪਈਆ ਜਿਹੜਾ ਉਹ GST ਦੇ ਰੂਪ ਦੇ ਵਿੱਚ ਇਕੱਤਰ ਹੋਏਗਾ, ਪਰ ਉਸ ਟੀਚੇ ਤੋਂ ਇਹ ਬਹੁਤ ਪਿੱਛੇ ਰਹਿ ਗਏ, 1200 ਕਰੋੜ ਤੋਂ ਕਦੇ ਅੱਗੇ ਨਹੀਂ ਵਧੇ। ਸੋ ਇਹ ਦਿੱਕਤ ਹੈ, ਪਰੇਸ਼ਾਨੀ ਹੈ। ਬਾਕੀ ਲਾਲ ਪਰੀ ਨੇ ਵੀ ਵਫਾ ਨਹੀਂ ਕੀਤੀ। ਸ਼ਰਾਬ ਦਾ ਟਾਰਗੇਟ ਇਹਨਾਂ ਨੇ ਰੱਖਿਆ ਸੀਗਾ ਐਤਕੀ 600 ਕਰੋੜ ਦੀ ਪਿਆਵਾਂਗੇ, ਪਰ ਸ਼ਰਾਬੀਆਂ ਨੇ ਇਹਨਾਂ ਤੇ ਦਇਆ ਨਹੀਂ ਕੀਤੀ, ਤਰਸ ਨਹੀਂ ਕੀਤਾ, ਤੇ ਇਹਨਾਂ ਦਾ ਜਿਹੜਾ ਟਾਰਗੇਟ ਹੈ ਉਹ ਵੀ ਪੂਰਾ ਹੁੰਦਾ ਦਿਖਾਈ ਨਹੀਂ ਦਿੰਦਾ। ਯਾਨੀ ਮਾਲੀਏ ਦੇ ਵਿੱਚ ਹਰੇਕ ਪਾਸੇ ਉਹਨਾਂ ਨੂੰ ਮਾਰ ਪੈਂਦੀ ਪਈ ਆ। ਹੁਣ ਮਾਲੀਆ ਵਧਾਉਣ ਵਾਸਤੇ ਟੈਕਸ ਜਾਂ ਫੀਸਾਂ ਇਹਦੇ ਵਿੱਚ ਵਾਧਾ ਤੇ ਠੀਕ ਆ ਕਿ ਸਰਕਾਰ ਕੋਈ ਵੀ ਆ ਕਰਦੀ ਵੀ ਆ, ਔਰ ਇਹ ਇੱਕ ਬਹੁਤ ਸਰਲ ਉਪਾਅ ਵੀ ਆ, ਪਰ ਮਸਲਾ ਇਹ ਆ ਕਿ ਜਦੋਂ ਇਹ ਕੰਪੇਨ ਦੇ ਵਿੱਚ ਸੀਗੇ ਤਾਂ ਜਿਹੜੇ ਖਾਲੀ ਖਜ਼ਾਨਾ ਮੰਤਰੀ ਅੱਜ ਕੱਲ੍ਹ ਉਸ ਸਮੇਂ ਇਹ ਸਿਰਫ ਬਾਦਲਾਂ ਦੇ ਸ਼ਰੀਕ ਸੀਗੇ, ਉਹ ਕਹਿੰਦੇ ਕਿ ਸਾਡੇ ਕੋਲ ਹਰੇਕ ਬਿਮਾਰੀ ਦਾ ਟੀਕਾ ਹੈ। ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਝੋਲੇ ਚੋਂ ਹੱਥ ਪਾ ਕੇ ਸਰਿੰਜ ਸੂਈ ਕੱਢੋ, ਹੁਣ ਵੇਲਾ ਆ ਗਿਆ ਕਿ ਬਿਮਾਰ ਨੂੰ ਟੀਕਾ ਲਾਇਆ ਜਾਵੇ। ਬਿਮਾਰ ਵਿਚਾਰਾ ICU ਦੇ ਵਿੱਚ ਆਕਸੀਜਨ ਲੱਗੀ ਪਈ ਆ, ਤੇ ਮਾਰ ਕੇ ਹਟਣਾ ਉਹਨੂੰ ਤੁਸੀਂ। ਔਰ ਆਹ ਜਿਹੜਾ ਟੈਕਸ ਲਾਉਣ ਵਾਲਾ, ਫੀਸਾਂ ਵਧਾਉਣ ਵਾਲਾ, ਇਹ ਕੰਮ ਤਾਂ ਪਿਛਲੀਆਂ ਸਰਕਾਰਾਂ ਵੀ ਕਰਦੀਆਂ ਜਾਂ ਅਗਲੀਆਂ ਵੀ ਕਰਦੀਆਂ ਰਹਿਣਗੀਆਂ, ਤੇ ਜੋ ਤੁਸੀਂ ਦਾਅਵੇ ਕੀਤੇ ਸੀ ਉਹ ਤੁਹਾਡੇ ਦਾਅਵੇ ਕੀਤੇ। ਔਰ ਉਲਟਾ ਜੇ ਸ਼ਰਾਬ ਦੇ ਕਾਰੋਬਾਰ ਤੇ ਨਵਜੋਤ ਸਿੱਧੂ ਨੇ ਆਖਿਆ ਕਿ ਸਰਕਾਰ ਇਨਵੋਲਵ ਹੋ ਜੇ, ਉਹਨੂੰ ਤਾਂ ਰੱਦ ਕੇ ਪਰੇ ਮਾਰਿਆ। ਫਿਰ ਜੇ ਕਿਹਾ ਕਿ ਜਿਹੜਾ ਪੈਨ ਦਾ ਕਾਰੋਬਾਰ ਆ, ਜੋ ਰੇਤ ਦਾ ਕਾਰੋਬਾਰ ਆ, ਉਹ ਸਰਕਾਰ ਆਪਣੇ ਹੱਥਾਂ ਚ ਲੈ ਲਵੇ, ਮਾਲੀਆ ਵੱਧ ਜੂਗਾ, ਉਹ ਵੀ ਰੱਦ ਕੇ ਪਰੇ ਮਾਰਿਆ। ਸੋ ਮਾਲੀਆ ਵਧਾਉਣ ਵਾਸਤੇ ਪ੍ਰੋਡਕਸ਼ਨ ਵਧਾਉਣਾ ਜਿਹੜਾ ਉਹ ਬਹੁਤ ਇੱਕ ਲਾਜ਼ਮੀ ਪਹਿਲੂ ਹੁੰਦਾ, ਉਹਦੇ ਵਿੱਚ ਪਛੜ ਗਿਆ। ਪਰ ਸਰਕਾਰ ਜਿੱਥੇ ਕੰਮ ਕਰਨ ਵਾਲਾ ਸੀਗਾ ਉੱਥੇ ਕੰਮ ਨਹੀਂ ਕਰ ਪਾ ਰਹੀ। ਪਰ ਕੰਮ ਉੱਥੇ ਹੁੰਦਾ ਜਿੱਥੇ ਇੱਕ ਟੀਮ ਸੈੱਟ ਹੋਵੇ। ਇਹਨਾਂ ਕੋਲੋਂ 2 ਸਾਲਾਂ ਦੇ ਵਿੱਚ ਇੱਕ ਚੰਗੀ ਟੀਮ ਸੈੱਟ ਨਹੀਂ ਹੋ ਸਕੀ, ਇਹ ਸਮੇਂ ਦਾ ਸਭ ਤੋਂ ਵੱਡਾ ਕਾਰਨ ਆ। ਤਾਂ ਲੱਗਦਾ ਇਹੋ ਆ ਕਿ ਇਹਨਾਂ ਨੇ ਵੀ ਇਸੇ ਤਰ੍ਹਾਂ ਹੀ ਕੰਮ ਕਰਨਾ ਜਿਸ ਤਰ੍ਹਾਂ ਹੁਣ ਕਰਕੇ ਵਿਖਾਇਆ, ਔਰ ਜਿਸ ਤਰੀਕੇ ਨਾਲ ਪਿਛਲੀ ਸਰਕਾਰ ਨੇ ਕਦੇ ਜੇਲ੍ਹ ਵੇਚ ਦਿੱਤੀ, ਕਦੇ ਪਾਗਲਖਾਨੇ ਦੀ ਜ਼ਮੀਨ ਵੇਚ ਦਿੱਤੀ, ਕਦੇ ਕਾਫੇ ਦੀ ਜ਼ਮੀਨ ਵੇਚ ਦਿੱਤੀ, ਓਦਾਂ ਹੀ ਇਹਨਾਂ ਨੇ ਲੜ ਘੁਲ ਕੇ ਟਾਈਮ ਪਾਸ ਕਰਨਾ। ਜੀ 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 ਅਤੇ ਮਿੰਟੂ ਜੀ, ਕੱਲ੍ਹ ਪਰਸੋਂ ਦਾ ਜਿਹੜਾ ਅਗਸਤਾ ਦਾ ਹੈਲੀਕਾਪਟਰ ਉੱਡਿਆ ਫਿਰਦਾ ਆ, ਉਹਦੇ ਵਿੱਚ ਕੀ ਅਪਡੇਟ? ਉਹਨੂੰ ਇਹਨਾਂ ਨੇ ਲਿਆ, 5 ਦਿਨ ਦੇ ਰਿਮਾਂਡ ਤੇ ਲਿਆ ਵਾ, ਹੁਣ ਦੇਖਣਗੇ ਤੇ ਕੀ ਕੁਛ ਨਿਕਲਦਾ, ਉਸ ਤੋਂ ਬਾਅਦ ਹੀ ਅੱਗੇ ਚੱਲੂਗੀ ਜਾਂਚ ਪੜਤਾਲ। ਔਰ ਦੂਜੀ ਚੀਜ਼ ਇਹ ਆ ਕਿ ਉਹਦਾ ਵਕੀਲ ਸੀਗਾ ਜਿਹੜਾ, ਉਹ ਕਾਂਗਰਸ ਦਾ ਯੋਧਾ ਆਗੂ ਸੀਗਾ, ਉਹਨੂੰ ਕੱਢ ਦਿੱਤਾ ਨੇ ਇਹਨਾਂ ਨੇ ਪਾਰਟੀ ਦੇ ਵਿੱਚੋਂ। ਤਾਂ ਮਤਲਬ ਇਹ ਆ ਕਿ ਇੱਕ ਪਾਸੇ ਤੇ ਕਾਂਗਰਸ ਕਹਿੰਦੀ ਹੈ ਕਿ ਸਾਡੀ ਕੋਈ ਵੀ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਸੀ, ਕੋਈ ਵੀ ਸਾਡੀ ਇਹਦੇ ਵਿੱਚ ਗੱਲਬਾਤ ਹੈ ਨਹੀਂ ਸੀਗੀ। ਤਾਂ ਦੂਸਰੇ ਪਾਸੇ ਇਹਨਾਂ ਦਾ ਇੱਕ ਆਗੂ ਆ ਜਿਹੜਾ ਵਕੀਲ ਆ, ਹਾਲਾਂਕਿ ਮਿਸ਼ੇਲ ਨੇ ਸ਼ੁਰੂ ਤੋਂ ਇਹ ਗੱਲ ਕਹੀ ਆ ਕਿ ਕਾਂਗਰਸੀ ਆਗੂਆਂ ਦੀ ਇਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਸੀ, ਕੋਈ ਲੈਣ ਦੇਣ ਵਾਲਾ ਹਿਸਾਬ ਕਿਤਾਬ ਨਹੀਂ ਸੀਗਾ। ਪਰ ਹੁਣ ਵਿਰੋਧੀ ਧਿਰ ਤੇ ਇਹੋ ਕਹੂਗੀ ਨਾ ਕਿ ਕਾਂਗਰਸ ਦੇ ਰਾਜ ਦੇ ਵਿੱਚ ਹੋਇਆ, ਔਰ ਕਾਂਗਰਸ ਦੇ ਨੇਤਾਵਾਂ ਨੇ ਵੀ ਮਲਾਈ ਖਾਧੀ ਆ, ਕਿਉਂਕਿ ਮਲਾਈ ਚੌਕੀ ਦਾ ਮਸਲਾ ਹੈ। ਹੁਣ ਦੇਖਦੇ ਹਾਂ ਕਿ ਨਿਕਲਦਾ, ਰਿਮਾਂਡ ਖਤਮ ਹੋਊਗਾ, ਫਿਰ ਤੱਥ ਆ ਜਿਹੜੇ ਅਦਾਲਤ ਦੇ ਵਿੱਚ ਜਾਣਗੇ। ਪਰ ਉਸ ਤੋਂ ਪਹਿਲਾਂ ਮੋਦੀ ਸਾਹਿਬ ਨੇ ਤਾਂ ਅਗਸਤਾ ਵੈਸਟਲੈਂਡ ਲੜਾਈ ਇਹਨਾਂ ਦੇ ਨਾਲ ਲੜਾਈ ਦਿੱਤਾ ਇਹਨਾਂ ਦੇ ਜਿਹੜਾ ਰਫੇਲ ਮਾਮਲਾ ਹੁੰਦਾ। ਸੋ ਇਹਨਾਂ ਨੇ ਮੁੱਦਾ ਚੁੱਕ ਲਿਆ, ਲੱਗਦਾ ਇਹੋ ਹੀ ਆ ਕਿ ਇਹ ਮੁੱਦਾ ਜਿਹੜਾ ਉਹ ਅੱਗੇ ਤੁਰੂਗਾ, ਚਾਹੇ ਕਿਸੇ ਵੀ ਤਰੀਕੇ ਨਾਲ ਤੁਰੇ। ਕਈ ਵਾਰ ਜਿਹੜਾ ਬੰਦਾ ਫੜਿਆ ਹੁੰਦਾ ਨਾ, ਉਹਦੇ ਨਾਲ ਡੀਲ ਵੀ ਹੋ ਜਾਂਦੀ ਹੈ ਕਿ ਤੂੰ ਏਦਾਂ ਨੀ ਏਦਾਂ ਕਹਿ ਮਰਦੇ, ਫਿਰ ਆਪਣਾ ਕੰਮ ਸੂਤ ਕਰ ਦਿਆਂਗੇ, ਤੇਰਾ ਵੀ ਉਹਦੀ ਸਾਡਾ ਵੀ। ਜੀ 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 ਅਤੇ ਮਿੰਟੋ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੁਹਾਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। We'll be right back.
ਜਾ ਕੇ ਪਤਾ ਕਰੀਏ ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400